ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਵਿਚਲੇ ਪਿੰਡ ਲਖਪੁਰ ਅਤੇ ਰਿਹਾਣਾ ਜੱਟਾਂ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਕੇਂਦਰੀ ਵਣਜ ਅਤੇ ਸਨਅਤ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਪਿੰਡ ਦੇ ਲੋਕਾਂ ਨਾਲ ਸੁਣਿਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਵਰਚੁਅਲ ਢੰਗ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਸਮਰਪਣ ਦੀ ਭਾਵਨਾ ਨਾਲ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵਾ ਦਿੱਤਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਜਾਣਕਾਰੀ ਭਰਪੂਰ ਸਟਾਲ ਲਗਾਏ ਗਏ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਕਈ ਬਿਮਾਰੀਆਂ ਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹੱਥੀ ਡਰੋਨ ਉਡਾ ਕੇ ਨੈਨੋ ਖਾਦਾਂ ਦੇ ਛਿੜਕਾਅ ਲਈ ਵਰਤੋਂ 'ਚ ਲਿਆਈ ਜਾਣ ਵਾਲੀ ਡਰੋਨ ਤਕਨੀਕ ਦੇ ਬਾਰੇ 'ਚ ਵਿਸਥਾਰ 'ਚ ਜਾਣਕਾਰੀ ਹਾਸਲ ਕੀਤੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਵਾਸੀਆਂ ਦੇ ਸਰਵਪੱਖੀ ਵਿਕਾਸ ਦਾ ਇੱਕ ਵਾਅਦਾ ਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਉਪਰਾਲਾ ਪੰਜਾਬ ਅਤੇ ਸਮੁੱਚੇ ਦੇਸ਼ ਦੇ ਸਮਾਜਿਕ ਤੇ ਆਰਥਿਕ ਤਾਣੇ ਬਾਣੇ ਨੂੰ ਬਦਲਣ ਸੰਬੰਧੀ ਵਚਨਬੱਧਤਾ ਨੂੰ ਦਰਸਾਉਂਦਾ ਏ। ਭਾਰਤ ਸਰਕਾਰ ਨੇ ਲੋਕਾਂ ਦੇ ਫਾਇਦੇ ਲਈ ਸਕੀਮਾਂ ਸ਼ੁਰੂ ਕੀਤੀਆਂ ਨੇ, ਉਹਦੇ ਬਾਰੇ ਜਾਣਕਾਰੀ ਦੇ ਰਹੇ ਹਾਂ ਔਰ ਸੰਕਲਪ ਵੀ ਕਰ ਰਹੇ ਹਾਂ। ਦੇਸ਼ ਇੱਕ ਵਿਕਸਿਤ ਭਾਰਤ ਬਣੇ ਉਸ ਲਈ ਸਾਰੇ ਜਿਹਦੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉੱਥੇ ਹਰ ਲੋਕ ਉਹਦੇ ਵਿੱਚ ਯੋਗਦਾਨ ਪਾਉਣ ਤਾਂ ਕਿ ਦੇਸ਼ ਦੁਨੀਆ ਦਾ ਮੋਢੀ ਰਾਸ਼ਟਰ ਬਣ ਸਕੇ, ਇੱਕ ਵਿਸ਼ਵ ਗੁਰੂ ਬਣ ਕੇ ਉਭਰੇ। ਇਹ 2047 ਦਾ ਟੀਚਾ ਹੈ। ਇਹਦੇ ਨਾਲ ਜਿਹੜੀਆਂ ਸੈਂਟਰ ਦੀਆਂ ਵੱਖ ਵੱਖ ਸਕੀਮਾਂ ਨੇ। ਸਮਾਗਮ ਦੌਰਾਨ ਉਜਵਲਾ ਯੋਜਨਾ ਬਾਰੇ ਵਿਸ਼ੇਸ਼ ਤੌਰ ਤੇ ਲਗਾਏ ਗਏ ਸਟਾਲ 'ਚ ਘਰਾਂ 'ਚ ਸਾਫ਼ ਸੁਥਰਾ ਖਾਣਾ ਪਕਾਉਣ ਲਈ ਬਾਲਣ ਪ੍ਰਦਾਨ ਕਰਨ ਬਾਰੇ ਸਰਕਾਰ ਦੇ ਉਪਰਾਲਿਆਂ ਬਾਰੇ ਜ਼ਿਕਰ ਕੀਤਾ ਗਿਆ। ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਵੱਖ ਵੱਖ ਲਾਭਪਾਤਰੀਆਂ ਨੇ ਆਪਣੇ ਵਿਚਾਰ ਰੱਖਦਿਆਂ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਸਾਨੂੰ ਮੋਦੀ ਸਰਕਾਰ ਵੱਲੋਂ ਮੁਫਤ ਸਿਲੰਡਰ ਗੈਸ ਚੁੱਲ੍ਹਾ ਮਿਲਿਆ ਹੈ। ਪਹਿਲਾਂ ਅਸੀਂ ਚੁੱਲ੍ਹਾ ਬਾਲਦੇ ਸਨ। ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੂੰ ਸਾਨੂੰ ਮੁਫਤ ਗੈਸ ਚੁੱਲ੍ਹੇ ਅਤੇ ਸਿਲੰਡਰ ਦਿੱਤੇ ਹਨ। ਅਸੀਂ ਮਨਰੇਗਾ ਦਾ ਕੰਮ ਕਰਦੇ ਪਏ ਹਾਂ, ਸਾਨੂੰ 303 ਰੁਪਏ ਦਿਹਾੜੀ ਮਿਲਦੀ ਪਈ ਹੈ। ਅਸੀਂ ਪਿੰਡ ਦਾ ਸਾਰਾ ਹੀ ਬਹੁਤ ਸੁਧਾਰ ਕਰ ਰਹੇ ਹਾਂ ਸਭ ਸਫਾਈ ਦਾ, ਅਤੇ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ। ਵਿਕਸਿਤ ਭਾਰਤ ਵਿੱਚ ਯਾਤਰਾ ਜੋ ਕਿ ਅੱਜ ਸਾਡੇ ਪਿੰਡ ਲਖਪੁਰ ਵਿੱਚ ਪਹੁੰਚੀ ਹੈ, ਇਹਦੇ ਤਹਿਤ ਰਾਹੀਂ ਸਾਨੂੰ ਮੋਦੀ ਸਰਕਾਰ ਨੇ ਜੋ ਸਕੀਮਾਂ 2020 ਦੇ ਵਿੱਚ ਸਾਡੇ ਬਲੋਕ ਵਿੱਚ ਆਈ ਸੀਗੀ, ਉਸਦਾ ਨਾਮ ਦੀਨ ਦਿਆਲ ਅੰਤੋਦਿਆ ਹੈ, ਅਤੇ ਉਹਦੇ ਨਾਲ ਜੁੜ ਕੇ ਅਸੀਂ ਬਹੁਤ ਵੱਡੀ ਲਾਭਪਾਤਰੀ ਹਾਂ ਮੈਂ ਇਸ ਗਰੁੱਪ ਦੀ। ਠੀਕ ਹੈ, ਪਹਿਲਾਂ ਸਭ ਤੋਂ ਪਹਿਲਾਂ 10 ਭੈਣਾਂ ਦਾ ਅਸੀਂ ਗਰੁੱਪ ਬਣਾਇਆ ਸੀ, ਉਹਦੇ ਵਿੱਚ ਸਾਨੂੰ ਇੱਕ ਸਰਕਾਰ ਨੇ ਲੋਨ ਦਿੱਤਾ ਸੀਗਾ, ਅਤੇ ਉਹਦੇ ਵਿੱਚ ਫੰਡ ਰਾਹੀਂ ਅਸੀਂ ਮੈਂ ਆਪਣੇ ਅਚਾਰ ਦਾ ਕੰਮ ਸ਼ੁਰੂ ਕੀਤਾ ਸੀਗਾ ਲੇਡੀਜ਼ ਨਾਲ ਰਲ ਕੇ। ਠੀਕ ਆ, ਉਹ ਤੋਂ ਬਾਅਦ ਸਾਨੂੰ ਬੈਂਕ ਨੇ ਵੀ ਲੋਨ ਦਿੱਤਾ, ਸਾਡੀ ਪੰਜਾਬ ਗ੍ਰਾਮੀਣ ਬੈਂਕ ਸੀਗੀ ਜੋ ਕਿ ਲਖਪੁਰ ਬ੍ਰਾਂਚ ਆ, ਉਹਨੇ ਸਾਨੂੰ 1,00,000 ਦੀ ਲਿਮਿਟ ਦਿੱਤੀ ਸੀ, ਉਹਦੇ ਨਾਲ ਹੀ ਅਸੀਂ ਸਾਰੀਆਂ ਲੇਡੀਜ਼ ਨੇ ਜੁੜ ਕੇ ਆਪਣਾ ਅਚਾਰ ਦਾ ਕੰਮ ਹੋਰ ਵੀ ਵਧਾਇਆ ਗਿਆ ਸੀਗਾ ਪਿੰਡ ਦੇ ਵਿੱਚ। ਮੈਂ ਮੋਦੀ ਸਰਕਾਰ ਦੀ ਬਹੁਤ ਵੱਡੀ ਧੰਨਵਾਦ। ਸਮਾਗਮ ਦੌਰਾਨ ਪਿੰਡ ਵਾਸੀਆਂ ਨੂੰ ਵਿਕਸਿਤ ਭਾਰਤ ਸੰਕਲਪ ਦੀ ਸਹੁੰ ਵੀ ਚੁਕਾਈ ਗਈ।